ਅਨੁਵਾਦ ਜਿਹੜਾ ਦਰਦਾਰੀ ਨਾਲ ਤਾਂ ਹੋ ਗਿਆ ਸੈੱਟ, ਇਹਨਾਂ ਨਾਲ ਨਹੀਂ ਸੈੱਟ ਹੁੰਦਾ, ਸੈੱਟ ਹੋ ਗਿਆ ਉਹਨਾਂ ਨਾਲ ਸੈੱਟ ਹੋ ਗਿਆ ਕਿ ਉਹਨੇ ਖੁੱਲੀ ਛੁੱਟੀ ਦਿੱਤੀ ਹੈ। ਕਿਹਨੇ? ਦਰਦਾਰੀ ਨੇ। ਹਾਂਜੀ, ਉਹਨੇ ਕਿਹਾ ਕਿ ਮੇਰੀ ਕੁੜੀ ਨੂੰ ਰੱਖੋ ਵਿੱਚ ਆਸਪਾ ਨੂੰ, ਉਹ ਸਿਆਸਤ ਆਏਗੀ ਕਿਉਂਕਿ ਮੁੰਡਾ ਕੋਈ ਇੰਨਾ ਕਾਮਯਾਬ ਨਹੀਂ ਰਿਹਾ, ਕਿਉਂਕਿ ਉਹ ਆਉਂਦੇ ਨਾ ਕੋਈ ਜਜ਼ਬਾਤੀ ਆ। ਉਹਨੇ ਕਿਹਾ ਕੁੜੀ ਨੂੰ ਰੱਖੋ ਵਿੱਚ ਅਤੇ ਪੈਸਾ ਜਿੰਨਾ ਕੋ ਮੈਂ ਦੇ। ਅੱਛਾ, ਹੁਣ ਨਵਾਜ਼ ਸ਼ਰੀਫ ਹੋਰੀ ਨੇ ਨਾ, ਉਹ ਮੁਹਤਾਜ ਆ, ਉਹ ਮੁੰਡਿਆਂ ਕੋਲ ਮੰਗਦਾ। ਮੁੰਡੇ ਕਹਿੰਦੇ ਨੇ ਅਸੀਂ ਪੈਸਾ ਦਿੰਦੇ ਹਾਂ ਲੇਕਿਨ ਸ਼ਰਤ ਰੱਖੋ ਕਿ ਸਾਨੂੰ, ਅਸੀਂ ਪਾਕਿਸਤਾਨ ਆ ਗੱਲ ਕਰੀਏ, ਸਾਨੂੰ ਗ੍ਰਿਫਤਾਰ ਤਾਂ ਨਹੀਂ ਕਰੋਗੇ, ਕਿਉਂਕਿ ਕੁੜੀ ਜਿਹੜੀ ਆ ਉਹ ਵੀ ਅੰਦਰ ਹੋ ਗਈ ਹੈ। ਹੁਣ ਉਹ ਕਹਿੰਦਾ ਜਾਂ ਤਾਂ ਅਸੀਂ ਜਿਹੜਾ ਕਤਰ ਵਾਲਾ ਸ਼ਹਿਜ਼ਾਦਾ ਉਹਦੇ ਥਰੂ ਪੈਸੇ ਦਿੰਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਸਾਨੂੰ ਇਤਬਾਰ ਨਹੀਂ ਉੱਥੇ। ਹੁਣ ਜਿਹੜਾ ਨਾ ਉਹਦੇ ਮੁੰਡੇ ਦੋ ਬਾਹਰ ਰਹਿੰਦੇ ਨੇ, ਉਹ ਤਾਂ ਆਪਣੇ ਭੈਣ 'ਤੇ ਇਤਬਾਰ ਨਹੀਂ ਕਰਦੇ। ਉਹ ਕਹਿੰਦੇ ਤੂੰ ਆਪਣੇ ਸਾਡੇ ਪਿਓ ਨੂੰ ਕਿਰਾਇਆ ਹੀ ਤੂੰ ਅੰਦਰ, ਤੂੰ ਗੌਰਮੈਂਟ ਦੇ ਖਿਲਾਫ਼ ਗੱਲਾਂ ਕਰ ਕਰਕੇ ਨਾ, ਅਤੇ ਗੌਰਮੈਂਟ ਬਦਨ ਹੋ ਗਈ ਹੈ, ਸਾਡੀਆਂ ਸਖਤੀਆਂ ਹੋ ਗਈਆਂ ਨੇ। ਨਵਾਜ਼ ਸ਼ਰੀਫ ਪੈਸੇ ਮੰਗਦਾ ਕਿ ਪੈਸਾ ਦਿਓ ਮੇਰੀ ਜਾਨ ਛਡਾਓ, ਉਹ ਕਹਿੰਦਾ ਮੈਂ ਜਾਨ ਛੱਡਾਂ ਤਾਂ ਮੈਂ ਪੈਸੇ ਕਿਹਦੇ ਹੱਥ ਦੇਵਾਂ। ਉਹ ਕਹਿੰਦਾ ਉੱਧਰ ਜਾਵੋ, ਕਤਲ ਦੇ ਥਰੂ ਜਾਵੋ, ਜਿੱਥੇ ਅਸੀਂ ਨਹੀਂ ਆ ਸਕਦੇ। ਇਹ ਕਹਿੰਦੇ ਨੇ ਕਿ ਅਗਰ ਤੂੰ ਆਇਆ ਜ਼ਮਾਨਤ ਕਰਵਾ ਲੈ, ਜ਼ਮਾਨਤ ਕਰਾ ਕੇ ਆ ਕੇ ਪੈਸੇ ਦੇ। ਉਹ ਕਹਿੰਦਾ ਕਿ ਅਗਰ ਨਵਾਜ਼ ਸ਼ਰੀਫ ਕਹਿੰਦਾ ਇਹ ਕੰਮ ਨਾ ਕਰਿਓ, ਅਗਰ ਜ਼ਮਾਨਤ ਕੰਮ ਤੁਹਾਡੇ ਡਿਸਾਈਡ ਨਹੀਂ ਹੁੰਦਾ ਗਵਰਨਮੈਂਟ ਆਫ ਪਾਕਿਸਤਾਨ ਨਾਲ, ਤਾਂ ਤੁਹਾਨੂੰ ਗ੍ਰਿਫਤਾਰ ਕਰ ਲੈਣਗੇ, ਵੇਚ ਵੀ ਮੁਸ਼ਕਲ ਹੋ ਜਾਏਗਾ। ਨਹੀਂ ਆਉਂਦੇ ਨੇ ਕਿ ਅਗਰ ਜ਼ਮਾਨਤ ਕਰਾ ਕੇ ਆ ਕੇ ਫਿਰ ਜ਼ਮਾਨਤ ਕੈਂਸਲ ਹੋ ਜਾਏਗੀ, ਇਹ ਕੰਮ ਨਾ ਕਰ। ਹੁਣ ਉਹ ਪੈਸਾ ਨਹੀਂ ਦਿੰਦੇ ਵੀ ਇਹ ਕਰ। ਅੱਛਾ, ਇੱਕ ਹੋਰ ਗੱਲ ਹੈ, ਨਵਾਜ਼ ਸ਼ਰੀ ਸ਼ਬਾਜ਼ ਸ਼ਰੀ ਨਾ ਦਰਦਾਰੀ ਕਹਿੰਦਾ ਮੈਂ ਜਿੰਨਾ ਤੁਸੀਂ ਪੈਸਾ ਕਹੋ ਮੇਰੀ ਕੁੜੀ ਨੂੰ ਅੱਗੇ ਰੱਖੋ। ਉਹਨੇ ਕਿਹਾ ਕੁੜੀ ਵਾਲਾ ਕੰਮ ਨਹੀਂ, ਪੈਸਾ ਤੇਰੇ ਕੋਲ ਲੈਣਾ, ਅਤੇ ਉਹ ਆਪਣੀ ਕੁੜੀ ਨੂੰ ਅੱਗੇ ਰੱਖਦਾ ਪਿਆ। ਉਹ ਵੀ ਅੱਜ ਤੱਕ ਤਕਰੀਰਾਂ ਕਰ ਦਿੱਤੀ ਹੈ, ਬਕਵਾਸ ਕਰ ਦਿੱਤੀ ਹੈ, ਪਤਾ ਨਹੀਂ ਵੱਡੀ ਹੈ ਕਿ ਛੋਟੀ ਹੈ ਥੋੜ੍ਹੀ। ਦੋਵੇਂ ਪਾਰਟੀਆਂ ਖਤਮ ਹੋ ਜਾਂਦੀਆਂ ਆ, ਉਹ ਤਾਂ ਕਹਿੰਦਾ। ਹੁਣ ਉਹ ਕਹਿੰਦਾ ਪਿਆ ਕਿ ਅੱਗੇ ਕਰੋ ਪੈਸੇ, ਉਹ ਪੈਸੇ ਹੁਣ ਇਹ ਕਹਿੰਦੇ ਗੌਰਮੈਂਟ ਪਾਕਿਸਤਾਨ ਪਤਾ ਕੀ ਆਉਂਦੀ ਹੈ, ਗੌਰਮੈਂਟ ਪਾਕਿਸਤਾਨ ਇਮਰਾਨ ਖਾਨ ਅਤੇ ਆਰਮੀ ਚੀਫ ਨੇ ਵਿੱਚੋਂ ਵਿੱਚ ਕੋਸ਼ਿਸ਼ ਕਰ ਰਹੇ ਨੇ। ਉਹ ਕਹਿੰਦੇ ਨੇ ਜ਼ਰਦਾਰੀ ਜਿੰਨਾ ਪੈਸਾ ਦੇਗਾ ਨਾ ਤੂੰ ਓਨਾ ਲੈਣਾ ਤੇਰੇ ਕੋਲ, ਕਿਉਂਕਿ ਤੁਸੀਂ ਜੁਣਾ ਨੇ ਬੜਾ ਖਾਧਾ, ਅਸੀਂ ਜੋ ਸੌਦਾ ਕਰੇਗਾ ਨਾ ਦਰਦਾਰੀ। ਉਹਨੇ ਕਿਹਾ ਜਿੰਨਾ ਦਰਦਾਰੀ ਦੇਗਾ ਨਾ ਅਸੀਂ ਤੇ ਨਾ, ਨਹੀਂ ਕਹਿੰਦੇ ਪੰਜ ਲੈਣਾ, ਦਸ ਲੈਣਾ, ਪੰਦਰਾਂ ਲੈਣਾ, ਤੂੰ ਤਾਂ ਦਰਦਾਰੀ ਮਾਰ ਰਹੀ ਸੀ ਬੰਦੀ ਦੀ, ਜਿਹੜਾ ਦਰਦਾਰੀ ਦੇਗਾ ਉਹ ਤੇਰੇ ਕੋਲ ਲੈਣਾ। ਹੁਣ ਕੋਈ ਇਹਨਾਂ ਫੈਸਲਾ ਕੀਤਾ ਇੰਟੈਲੀਜੈਂਸ ਨੇ ਅਤੇ ਇਹਨਾਂ ਨੇ ਜਮਾਤ ਦੀ ਫੇਵਰ ਚ ਅੱਲਾ ਤਾਲਾ ਪੇਸ਼ ਕੋਈ ਪੂਰੀ ਕਰਦਾ ਤਸੱਲੀ ਹੈ, ਯਾਨੀ ਕਿ ਜਮਾਤ ਦੀ ਇੱਜ਼ਤ ਵਧੀ ਵੀ ਹੈ। ਹੁਣ 80 ਜਾਂ 85% ਲੋਕ ਨੇ ਜਿਹੜਾ ਉਹ ਬਦਨ ਹੋ ਗਏ ਨੇ ਇਹਨਾਂ ਨੂੰ, ਮੌਲਵੀਆਂ ਦੇ, ਸਿਆਸਤਦਾਨਾਂ ਦੇ, ਵਕੀਲਾਂ ਦੇ, ਅਤੇ ਜਿਹੜੇ ਜੱਜਾਂ ਦੇ, ਹਰ ਜਿਹੜਾ ਤਬਕਾ ਨੂੰ ਉਹਨਾਂ ਦੇ ਬਦਨ ਹੋ ਗਏ ਨੇ। ਉਹ ਜਿਹੜੇ ਨੇ ਇਹ ਉਹ ਸਨ ਜਿਹੜੇ ਕਿ ਆਰਮੀ ਕੀ ਪਾਰਲੀਮੈਂਟ ਨੇ ਸਾਡੇ ਖਿਲਾਫ਼ 74